ਤਾਂ ਨਵਜੋਤ ਸਿੰਘ ਸਿੱਧੂ ਦੀ ਭੈਣ ਨੇ ਸੁਮਨ ਧੂੜ ਉਹਨਾਂ ਨੇ ਸਿੱਧੂ ਤੇ ਦੋਸ਼ ਲਗਾਏ ਨੇ। ਉਹ ਕਹਿੰਦੇ ਨੇ ਸਿੱਧੂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਮਾਤਾ ਪਿਤਾ ਬਾਰੇ ਝੂਠ ਬੋਲਿਆ। ਉਹ ਕਹਿੰਦੇ ਨੇ ਕਿ ਦਿੱਲੀ ਰੇਲਵੇ ਸਟੇਸ਼ਨ ਤੇ ਮੇਰੀ ਮਾਂ ਦੀ ਮੌਤ ਹੋਈ ਸੀ ਤੇ ਉਹ ਲਵਾਰੀ ਹਾਲਤ ਦੇ ਵਿੱਚ ਸੀ ਜਦੋਂ ਉਹਨਾਂ ਨੇ ਸਾਹ ਛੱਡੇ ਸੀ ਤੇ ਸਿੱਧੂ ਇੱਕ ਨਿਰਦਈ ਇਨਸਾਨ ਹੈ। ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਗੰਭੀਰ ਦੋਸ਼ ਲਗਾਏ ਨੇ। ਉਹ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਕਦੇ ਵੀ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਨਹੀਂ ਖੜਿਆ। ਅਤੇ ਨਵਜੋਤ ਸਿੰਘ ਸਿੱਧੂ ਦੀ ਭੈਣ ਨੇ ਸੁਮਨ ਧੂੜ ਉਹਨਾਂ ਨੇ ਜੋ ਖੁੱਲ੍ਹੇਆਮ ਨਵਜੋਤ ਸਿੰਘ ਸਿੱਧੂ 'ਤੇ ਸਭ ਤੋਂ ਵੱਡੇ ਇਲਜ਼ਾਮ ਲਗਾ ਦਿੱਤੇ ਨੇ। ਉਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਸੰਨ 1986 ਦੇ ਵਿੱਚ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਹਨਾਂ ਦੀ ਮਾਤਾ ਦੀ ਮੌਤ ਵੀ ਦਿੱਲੀ ਰੇਲਵੇ ਸਟੇਸ਼ਨ 'ਤੇ ਲਵਾਰੀ ਹਾਲਤ ਦੇ ਵਿੱਚ ਹੋਈ ਹੈ। ਹੋਰ ਵੱਡੀ ਗੱਲ ਉਹਨਾਂ ਨੇ ਸਿੱਧੂ ਬਾਰੇ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਨਿਰਦਈ ਇਨਸਾਨ ਹੈ ਅਤੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਕਦੇ ਵੀ ਉਹਨੇ ਸਾਥ ਨਹੀਂ ਦਿੱਤਾ। ਬੇਟਾ ਮੇਰੇ ਨਾਲ ਬਹਿ ਕੇ ਗੱਲ ਕਰ ਲੈ, ਇਹਨੇ ਨਹੀਂ ਮੈਨੂੰ ਕੋਈ ਜਵਾਬ ਦਿੱਤਾ, ਇਹਨੇ ਮੈਨੂੰ ਸਭ ਬਲੌਕ ਕਰਤਾ। ਮੇਰੇ ਕੋਲ ਸਾਰੀਆਂ, ਜੇ ਤੁਹਾਨੂੰ ਸਕਰੀਨਸ਼ਾਟ ਚਾਹੀਦੇ ਹੋਣ ਮੈਂ ਤੁਹਾਨੂੰ ਸਾਰੇ ਭੇਜ ਸਕਦੀ ਹਾਂ ਜੋ ਮੈਨੂੰ ਲਿਖਿਆ, ਮੈਨੂੰ ਇਹਦਾ ਕੋਈ ਕੋਈ ਜਵਾਬ ਦਿੱਤਾ। ਜਦੋਂ ਮੇਰੀ ਭੈਣ ਦੀ ਡੈਥ ਹੋਈ, ਮੇਰੀ ਭਾਂਜੀ ਨੇ ਮੈਨੂੰ ਦੱਸਿਆ, ਮੇਰੀ ਭਾਂਜੀ ਇਕੱਲੀ ਸੀ, ਮੈਂ ਉਹਨੂੰ ਅਮਰੀਕਾ ਲੈ ਗਈ ਕਿਉਂਕਿ ਉਹਦਾ ਇੱਥੇ ਕੱਖ ਵੀ ਨਹੀਂ ਸੀ, ਉਹਦਾ ਬੱਚਾ ਸਪੈਸ਼ਲ ਨੀਡ ਸੀ, ਉਹ ਹੁਣ ਅਮਰੀਕਾ ਆਪਣੀ ਨੌਕਰੀ ਕਰਦੀ ਹੈ। ਇਹਨੇ ਨਹੀਂ ਉਹਨੂੰ ਪੁੱਛਿਆ ਕਦੇ। ਨਵਜੋਤ ਸਿੰਘ ਸਿੱਧੂ 'ਤੇ ਤੁਸੀਂ ਸੁਣਿਆ ਕਿ ਵੱਡੇ ਇਲਜ਼ਾਮ ਉਹਨਾਂ ਦੀ ਭੈਣ ਸੁਮਨ ਧੂੜ ਨੇ ਲਗਾਏ ਨੇ। ਅਤੇ ਚੰਡੀਗੜ੍ਹ ਤੋਂ ਸੰਦੀਪ ਸਿੰਘ ਸਾਡੇ ਪੱਤਰਕਾਰ ਨੇ ਸਾਡੇ ਨਾਲ ਜੁੜ ਚੁੱਕੇ ਨੇ, ਗੱਲਬਾਤ ਉਹਨਾਂ ਦੇ ਨਾਲ ਕਰ ਲੈਂਦੇ ਹਾਂ। ਜੀ ਸੰਦੀਪ, ਨਵਜੋਤ ਸਿੰਘ ਸਿੱਧੂ 'ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੀ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ, ਕਿੰਨੀ ਕੁ ਸੱਚਾਈ ਇਹਨਾਂ ਬਿਆਨਾਂ ਦੇ ਵਿੱਚ? ਲਗਾਤਾਰ ਆਪਣੀ ਮਾਤਾ ਨਾਲ ਕੰਮ ਕਰਦੀ ਹੁੰਦੀ ਨਜ਼ਰ ਆਈ, ਉਹਨਾਂ ਦੀ ਭੈਣ ਨੇ ਇਹ ਵੀ ਕਿਹਾ ਕਿ ਅਸੀਂ ਵੀ ਆਪਣੀ ਮਾਤਾ ਦੇ ਨਾਲ ਕੰਮ ਕੀਤਾ ਤਾਂ ਨਾਲ ਦੇ ਨਾਲ ਸਾਡੇ ਦੇ ਕੋਲ ਇੱਕ ਅੰਬੈਸਟਰ ਕਾਰ ਵੀ ਸੀ ਜਿਸ ਦੇ ਵਿੱਚ ਤੁਸੀਂ ਕੰਮ ਤੇ ਜਾਂਦੇ ਸੀ, ਤਾਂ ਅਸੀਂ ਨਾਲ ਦੇ ਨਾਲ ਸਾਈਕਲ ਦੇ ਉੱਤੇ ਵੀ ਅਸੀਂ ਕੰਮ ਕਰਦੇ ਹੋਏ ਨਜ਼ਰ ਆਏ ਸੀ। ਉਸ ਤੋਂ ਬਾਅਦ ਜਦੋਂ ਉਹ ਬਾਹਰ ਚਲੇ ਜਾਂਦੇ ਨੇ, ਉਹਨਾਂ ਦੇ ਸਿਸਟਰ ਬਾਹਰ ਚਲੀ ਜਾਂਦੀ, ਤਾਂ ਸਿਸਟਰ ਬਾਹਰੋਂ ਦੀ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ, ਤਾਂ ਵਿਆਹ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਦੀ ਭੈਣ ਪੰਜਾਬ ਪਰਤਦੇ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਭੈਣ ਦੇ ਉਹਨਾਂ ਦੇ ਹਸਬੈਂਡ ਦਾ ਐਕਸੀਡੈਂਟ ਹੋ ਜਾਂਦਾ ਰਸਤੇ ਵਿੱਚ, ਤਾਂ ਐਕਸੀਡੈਂਟ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੋਲ ਉਹਨਾਂ ਦੇ ਸਿਸਟਰ ਜਾਂਦੀ ਹੈ, ਤਾਂ ਉਹ ਨਵਜੋਤ ਸਿੰਘ ਉਹਨਾਂ ਨੂੰ ਆਪਣੇ ਘਰ ਵਾਲਾ ਤੋਂ ਹੀ ਨਕਾਰ ਦਿੰਦੇ ਨੇ, ਤਾਂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਆਪਣੀ ਭੈਣ ਨੂੰ ਆਪਣੇ ਘਰ ਨਹੀਂ ਦਿੰਦੇ। ਇਹ ਵੱਡਾ ਇਲਜ਼ਾਮ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦੀ ਭੈਣ ਜਿਹੜੀ ਉਹ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਜੀ ਬਿਲਕੁਲ, ਵੱਡੇ ਇਲਜ਼ਾਮ ਤਾਂ ਨਵਜੋਤ ਸਿੰਘ ਸਿੱਧੂ 'ਤੇ ਲੱਗੇ ਨੇ। ਸੰਦੀਪ, ਇੱਕ ਵੀ ਗੱਲ ਜਾਣਨਾ ਚਾਹਾਂਗੇ ਕਿ ਉਹ ਦੱਸ ਰਹੇ ਨੇ ਕਿ ਗੱਲ 1986 ਦੇ ਸਮੇਂ ਦੀ ਹੈ ਅਤੇ ਹੁਣ ਕਈ ਸਾਲ ਬੀਤ ਚੁੱਕੇ ਨੇ, ਗੱਲ ਹੁਣ ਉਹਨਾਂ ਦੇ ਵੱਲੋਂ ਬਾਹਰ ਕਿਉਂ ਕੱਢੀ ਗਈ ਹੈ, ਪਹਿਲਾਂ ਇਸ ਸੰਬੰਧੀ ਕਿਉਂ ਨਹੀਂ ਜ਼ਿਕਰ ਕੀਤਾ ਗਿਆ? ਜੀ, ਉਹਨਾਂ ਦੇ ਵੱਲੋਂ ਇਹੀ ਦੱਸਿਆ ਗਿਆ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਮੌਤ ਹੈ 1986 ਦੇ ਵਿੱਚ ਹੋਈ ਹੈ, ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੂੰ ਘਰੋਂ ਬਾਹਰ ਕਰ ਦਿੰਦੇ ਨੇ, ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਦੀ ਮਾਂ ਨੌਕਰੀ ਕਰਦੀ ਹੋਈ ਵੀ ਨਜ਼ਰ ਆਉਂਦੀ ਹੈ, ਤਾਂ ਸਾਈਕਲ ਦੇ ਉੱਤੇ ਵੀ ਨੌਕਰੀ ਕਰਨ ਜਾਂਦੇ ਤੇ ਬੱਚੇ ਨੂੰ ਵੀ ਨਾਲ ਲੈ ਕੇ ਜਾਂਦੇ ਨੇ, ਕਿਤੇ ਨਾ ਕਿਤੇ ਜਦੋਂ ਉਹ ਸ਼ਾਦੀ ਤੋਂ ਬਾਅਦ ਬਾਹਰ ਚਲੇ ਜਾਂਦੇ ਨੇ, ਤਾਂ ਬਾਹਰ ਤੋਂ ਜਿਵੇਂ ਹੁਣ ਇਲੈਕਸ਼ਨ ਨੇ, ਤਾਂ ਇਲੈਕਸ਼ਨ ਦੇ ਵਿੱਚ ਵੋਟਿੰਗ ਦੇ ਲਈ ਆਏ ਸੀ, ਉਹਨਾਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਵੋਟਿੰਗ ਲਈ ਅਸੀਂ ਇੱਥੇ ਪੁੱਜੇ ਹਾਂ, ਤਾਂ ਕਿਤੇ ਨਾ ਕਿਤੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਕੋਲ ਜਾਂਦੇ ਨੇ, ਤਾਂ ਉਹ ਉਹਨਾਂ ਨੂੰ ਘਰ ਵੜਨ ਤੋਂ ਨਕਾਰ ਦਿੰਦੇ ਨੇ, ਇਹੀ ਗੱਲ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ ਬਿਲਕੁਲ, ਜਿਸ ਤਰੀਕੇ ਸੰਦੀਪ ਤੁਸੀਂ ਦੱਸਿਆ ਕਿ ਉਹ ਦੱਸ ਰਹੇ ਨੇ ਉਹਨਾਂ ਦੇ ਭੈਣ ਕਿ ਜਦੋਂ ਉਹਨਾਂ ਦੇ ਹਸਬੈਂਡ ਦਾ ਐਕਸੀਡੈਂਟ ਹੋਇਆ ਸੀ, ਉਸ ਸਮੇਂ ਉਹ ਨਵਜੋਤ ਸਿੰਘ ਸਿੱਧੂ ਦੇ ਕੋਲ ਗਏ ਸੀ ਜਦੋਂ ਉਹਨਾਂ ਦੇ ਮਨ ਮਿਟਾਅ ਹੋਏ ਨੇ, ਅਤੇ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਕੁਝ ਸਮੇਂ ਦੀ ਗੱਲ ਹੈ, ਜਦੋਂ ਜਾ ਰਹੇ ਸੀ ਰਸਤੇ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਸੀ, ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਡੀ ਰੋਕ ਕੇ ਉਸ ਵਿਅਕਤੀ ਨੂੰ ਹਸਪਤਾਲ ਭੇਜਿਆ ਸੀ, ਤਾਂ ਦੂਜੇ ਪਾਸੇ ਉਹਨਾਂ ਦੀ ਭੈਣ ਨੇ ਦੋਸ਼ ਲਗਾਏ ਨੇ ਕਿ ਨਵਜੋਤ ਸਿੰਘ ਸਿੱਧੂ ਪਰਿਵਾਰ ਦੇ ਵਿੱਚ ਕਦੇ ਦੁੱਖ ਸੁੱਖ ਦੇ ਵਿੱਚ ਸਾਥ ਹੀ ਨਹੀਂ ਦਿੰਦੇ, ਤਾਂ ਕਿ ਸਾਬਤ ਹੋ ਰਿਹਾ ਇਹਨਾਂ ਚੀਜ਼ਾਂ ਤੋਂ ਕਿ ਸਿੱਧੂ ਨੇ ਸਿਰਫ ਲੋਕ ਦਿਖਾਵਾ ਕੀਤਾ, ਅਸਲੀ ਹਕੀਕਤ ਕੁਝ ਹੋਰ ਹੈ? ਜੀ,
ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਦੀ ਜਦੋਂ ਭੈਣ ਗੱਲ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਬੈਂਚ ਦੇ ਪਿੱਛੇ ਆਪਣੀ ਮਾਂ ਨੂੰ ਜਿਹੜਾ ਉਹ ਲਵਾਰਿਸ ਛੱਡਦਾ ਸੀਗਾ ਤੇ ਕਿਤੇ ਨਾ ਕਿਤੇ ਉਹਨਾਂ ਦੀ ਮਾਂ ਦੀ ਜਦੋਂ ਮੌਤ ਹੁੰਦੀ ਹੈ ਤਾਂ ਉਹ ਵੀ ਲਵਾਰਿਸ ਦੇ ਨਾਮ ਨਾਲ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਲਵਾਰਿਸ ਤਰ੍ਹਾਂ ਦੀ ਲਾਸ਼ ਆ ਉਹ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਦੋਂ ਹੁਣ ਇਲੈਕਸ਼ਨ ਨੇੜੇ ਆ ਰਹੇ ਨੇ ਤਾਂ ਰਸਤੇ ਦੇ ਵਿੱਚ ਇੱਕ ਜਦੋਂ ਐਕਸੀਡੈਂਟ ਹੁੰਦਾ ਤਾਂ ਆਪਣੀ ਗੱਡੀ ਤੇ ਆਪਣਾ ਕਾਫਲਾ ਰੋਕ ਕੇ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਐਕਸੀਡੈਂਟ ਨੂੰ ਐਕਸੀਡੈਂਟ ਜਿਹੜੇ ਮਰੀਜ਼ ਹੁੰਦੇ ਨੇ ਉਹਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਬੱਸ ਸਟੈਂਡ ਆਪਣਾ ਹੋਸਪਿਟਲ ਛੱਡਦੇ ਹੋਏ ਨਜ਼ਰ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਸਟੰਟ ਜਿਹੜੇ ਉਹ ਲੋਕਾਂ ਦੇ ਸਾਹਮਣੇ ਅੱਜ ਜਿਹੜੇ ਉਹਨੇ ਪੇਸ਼ ਕੀਤੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੇ ਜੇ ਬਣਦੇ ਹੋਏ ਦਿਖਾਈ ਦਿੰਦੇ ਨੇ ਉਹੋ ਜਿਹੇ ਨਹੀਂ ਉਹੋ ਜਿਹੇ ਬਿਲਕੁਲ ਨਹੀਂ ਨੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਸਵਾਰਥੀ ਜਿਹੜੇ ਕਿਸਮ ਦੇ ਵਿਅਕਤੀ ਜਿਹੜੇ ਉਹਨਾਂ ਵੱਲੋਂ ਦੱਸੀ ਜਾ ਰਹੇ ਤੇ ਚੋਣਾਂ ਦੇ ਮੱਦੇਨਜ਼ਰ ਤਾਂ ਇਹੋ ਜਿਹੇ ਦਿਖਾਵੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਤੇ ਜਾ ਰਹੇ ਆ ਜੀ। ਬਿਲਕੁਲ, ਇੱਕ ਪਾਸੇ ਤਾਂ ਕਾਂਗਰਸ ਦੇ ਵਿੱਚ ਸੀਐਮ ਦੀ ਕੁਰਸੀ ਨੂੰ ਲੈ ਕੇ ਵੀ ਲੜਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਕਸਰ ਦੇਖਿਆ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਸਰਕਾਰ ਤੇ ਵੀ ਸਵਾਲ ਖੜੇ ਕਰ ਦਿੰਦੇ ਨੇ, ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਦਰਦ ਸਮਝਦਾ, ਪੰਜਾਬ ਦੇ ਮੁੱਦੇ ਚੱਕ ਰਿਹਾ। ਤਾਂ ਇੱਕ ਪਾਸੇ ਜਦੋਂ ਨਵਜੋਤ ਸਿੰਘ ਸਿੱਧੂ ਦੀ ਭੈਣ ਇਲਜ਼ਾਮ ਲਗਾਉਂਦੇ ਨੇ, ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨਿਰਦਈ ਇਨਸਾਨ ਹੈ, ਤਾਂ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਬਿਆਨਾਂ ਦੇ ਕੀ ਮਾਇਨੇ ਕੱਢੀਏ ਕਿ ਸਿਰਫ ਸਿਆਸੀ ਸਟੰਟ ਸੀ ਕਿ ਜੋ ਲੋਕ ਜੋ ਇਨਸਾਨ ਆਪਣੇ ਘਰ ਦਾ ਦੁੱਖ ਸੁੱਖ ਦੇ ਵਿੱਚ ਸਾਥ ਨਹੀਂ ਦੇ ਸਕਦਾ, ਪੂਰੇ ਪੰਜਾਬ ਜਾਂ ਆਪਦੇ ਹਲਕੇ ਦੇ ਦੁੱਖ ਸੁੱਖ ਦੇ ਵਿੱਚ ਕਿਵੇਂ ਸਾਥ ਦੇਵੇਗਾ ਜੇਕਰ ਇਹ ਬਿਆਨ ਉਹਨਾਂ ਦੀ ਭੈਣ ਦੇ ਸੱਚ ਨੇ ਤਾਂ। ਜੀ ਬਿਲਕੁਲ, ਇਹੀ ਗੱਲ ਹੈ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਜਿਹੜੀ ਉਹਨਾਂ ਦੀ ਭੈਣ ਜਿਹੜੀ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆ ਕਿ ਜਿਹੜੇ ਇਲੈਕਸ਼ਨ ਦੇ ਉੱਤੇ ਹੀ ਜਿਹੜੇ ਨਵਜੋਤ ਸਿੰਘ ਸਿੱਧੂ ਵੱਲੋਂ ਸਟੰਟ ਜਿਹੜੇ ਖੇਲੇ ਜਾਂਦੇ ਨੇ ਤੇ ਆਪਣੀ ਫੈਮਿਲੀ ਦੇ ਨਾਲ ਜਿਹੜੇ ਦੁੱਖ ਸੁੱਖ ਸਾਂਝੇ ਨਹੀਂ ਕਰਦੇ ਹੋਏ ਨਜ਼ਰ ਆਉਂਦੇ, ਤਾਂ ਜੇ ਕੋਈ ਜਿਹੜਾ ਕੋਈ ਵਿਅਕਤੀ ਆਪਣਾ ਆਪਣੀ ਮਾਂ ਨੂੰ ਵੀ ਲਵਾਰਿਸ ਛੱਡ ਦੇਵੇ ਤਾਂ ਉਹ ਵਿਅਕਤੀ ਦਾ ਪੰਜਾਬ ਦੇ ਕਿਵੇਂ ਜਿਹੜਾ ਕਿਸੇ ਦੇ ਹੱਥਾਂ ਵਿੱਚ ਆਪਣੇ ਹੱਥਾਂ ਵਿੱਚ ਲੈ ਕੇ ਉਹਨੂੰ ਲਵਾਰਿਸ ਨਹੀਂ ਛੱਡੇਗਾ। ਇਹ ਵੀ ਵੱਡਾ ਇੱਕ ਸਵਾਲ ਪੈਦਾ ਹੁੰਦਾ, ਜਿਹੜਾ ਵਿਅਕਤੀ ਆਪਣੀ ਮਾਂ ਨੂੰ ਛੱਡ ਸਕਦਾ ਉਹ ਪੰਜਾਬ ਨੂੰ ਕਿਵੇਂ ਸੰਭਾਲ ਸਕਦਾ। ਵੱਡੀ ਗੱਲ ਇਹ ਉਹਨਾਂ ਦੀ ਜਿਹੜੀ ਭੈਣ ਨੇ ਵੀ ਇਹੀ ਗੱਲ ਕਹੀ ਹੈ ਤੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਵਾਲੇ ਨੇ ਤਾਂ ਜਿਹੜੀ ਮੁੱਖ ਮੰਤਰੀ ਦੀ ਰੇਂਜ ਦੇ ਵਿੱਚ ਜਗਜੀਤ ਸਿੰਘ ਚੰਨੀ ਦੇ ਨਾਲ ਦੌੜਦੇ ਹੋਏ ਨਜ਼ਰ ਆਉਂਦੇ ਤੇ ਕਿਤੇ ਨਾ ਕਿਤੇ ਇਹੀ ਜਿਹੜਾ ਪਹਿਲਾਂ ਦੀ ਗੱਲ ਕਰ ਲਈ ਕਿ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪੰਜਾਬ ਦਾ ਪ੍ਰਧਾਨ ਨਹੀਂ ਬਣਾਇਆ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਬਾਗੀ ਸੂਰ ਜਿਹੜੀਆਂ ਉਹ ਨਵਜੋਤ ਸਿੰਘ ਸਿੱਧੂ ਦੇਖਣ ਨੂੰ ਮਿਲਦੇ ਤੇ ਨਾਲ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਵੀ ਮੀਟਿੰਗ ਲਈ ਹਰ ਹਫ਼ਤੇ ਦੇ ਦੂਸਰੇ ਕਿਸੇ ਦੇ ਜਿਹੜਾ ਦਿੱਲੀ ਮੀਟਿੰਗ ਲਈ ਜਾਂਦੇ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਹੁਣ ਇਹਨਾਂ ਤੋਂ ਪੰਜਾਬ ਦੀ ਜਦੋਂ ਬੀਬੀਸੀ ਦੀ ਸੀਟ ਮਿਲ ਗਈ ਹੈ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁਛ ਜਿਹੜਾ ਕੀ ਹੈ ਉਹ ਸਹਿਮਤ ਹੋਏ ਸੀ ਤਾਂ ਜਦੋਂ ਇਲੈਕਸ਼ਨ ਹੋਏ ਤਾਂ ਹੁਣ ਉਹ ਆਪਣੇ ਨਾਲ ਦੇ ਨਾਲ ਸੀਐਮ ਜੈਰੇ ਦੀ ਪੇਸ਼ਕਸ਼ ਵੀ ਹਾਈ ਕਮਾਂਡ ਨੂੰ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੇਖਣਾ ਇਹ ਹੋਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਵੱਡੇ ਇਲਜ਼ਾਮ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਲਗਾਏ ਨੇ ਤਾਂ ਕਿਤੇ ਨਾ ਕਿਤੇ ਹੁਣ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਜਾਂ ਹਾਈ ਕਮਾਂਡ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸੀਐਮ ਜਨਾ ਐਲਾਨਿਆ ਜਾਏ ਕਿ ਨਹੀਂ। ਜੀ ਬਿਲਕੁਲ ਸੰਦੀਪ, ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਦੇ ਲਈ ਅਤੇ ਇਹਨਾਂ ਬਿਆਨਾਂ ਦੇ ਖਮਿਆਜੇ ਨਵਜੋਤ ਸਿੰਘ ਸਿੱਧੂ ਨੂੰ ਭੁਗਤਣੇ ਪੈਣਗੇ, ਪਰ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਇਸ ਸੰਬੰਧੀ ਕੀ ਪ੍ਰਤੀਕਿਰਿਆ ਦਿੰਦੇ ਨੇ।